ਦੇ ਵਿੱਚ ਤਿੰਨ ਬੜੇ ਸੰਵੇਦਨਸ਼ੀਲ ਮੁੱਦੇ ਹੈਗੇ ਆ, ਜਿਹਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਇਹ ਆ ਕਿ ਨਾਨਕਸਰ ਦੇ ਸੰਤ ਗੁਰਜੀਤ ਸਿੰਘ ਉਹਨਾਂ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਝੂਠੀ ਜਿਹੜੀ ਪਾਠਾਂ ਦੀ ਅਰਦਾਸ ਕੀਤੀ ਜਾਂਦੀ ਆ, ਵਧਾ ਚੜ੍ਹਾ ਕੇ ਆਪਣੀ ਪ੍ਰਭਤਾ ਦੇ ਵਾਸਤੇ, ਆਪਣੇ ਵੀ ਸਾਡੀ ਲੋਕ ਪ੍ਰਭਤਾ ਕਰਨ, ਉਹਦੇ ਵਾਸਤੇ ਜਿਹੜੀ ਝੂਠੀ ਅਰਦਾਸ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਤੀ ਜਾਂਦੀ, ਕਿਉਂਕਿ ਜਦੋਂ ਅਖੰਡ ਪਾਠ ਹੋ ਜਾਏ ਇੱਕ ਵਾਰ ਭੋਗ ਪੈ ਕੇ ਅਰਦਾਸ ਹੋ ਜਾਏ ਉਹਦੀ ਦੁਬਾਰਾ ਅਰਦਾਸ ਨਹੀਂ ਹੁੰਦੀ। ਅਤੇ ਦੂਸਰੀ ਜਿਹੜੀ ਬੇਨਤੀ ਇਹ ਆ ਵੀ ਨਾਨਕਸਰ ਦੇ ਸੰਤ ਨਰਾਇਣ ਸਿੰਘ ਹੋਏ ਪਹਿਲਾਂ, ਜਿਨ੍ਹਾਂ ਦੀ ਤੁਲਨਾ ਉਹਨਾਂ ਦੇ ਇੱਕ ਪ੍ਰਚਾਰਕ ਮਨਜੀਤ ਸਿੰਘ ਵੱਲੋਂ ਧੰਨ ਗੁਰੂ ਅਮਰਦਾਸ ਮਹਾਰਾਜ ਨਾਲ ਕੀਤੀ ਗਈ, ਉਹਨਾਂ ਨੂੰ ਤੀਸਰੀ ਜੋਤ ਦੱਸਿਆ ਗਿਆ, ਉਹਨਾਂ ਦੀ ਜਿਹੜੀ ਗਾਗਰ ਦੀ ਸੇਵਾ ਉਹਦੇ ਬਾਰੇ ਜਾਣੀ ਕਿ ਸਾਰਾ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦੀ ਤੁਲਨਾ ਕੀਤੀ ਗਈ। ਕਿਸੇ ਵੀ ਮਨੁੱਖ ਦੀ ਜਿਹੜੀ ਤੁਲਨਾ ਗੁਰੂ ਸਾਹਿਬ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪਿਛਲੇ ਸਮੇਂ ਵੀ ਇੱਦਾਂ ਦੇ ਕਈ ਮੁੱਦੇ ਆਏ ਜਿਹੜੇ ਗੁਰੂ ਸਾਹਿਬ ਦੀ ਬਰਾਬਰੀ ਕਰਦੇ ਸੀ ਅਤੇ ਉਹਨਾਂ ਨੂੰ ਜਿਹੜੀ ਆ ਸਜ਼ਾ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਗਿਆ। ਪਿਛਲੇ ਕੁਛ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿ ਅਰਦਾਸ ਦੇ ਕਰਦੇ ਸਮੇਂ ਕੁਝ ਅਖੰਡ ਪਾਠ ਸਾਹਿਬਾਂ ਦੀ ਗਿਣਤੀ ਕਰਾਈ ਗਈ ਅਤੇ ਉਸ 'ਤੇ ਕਈ ਲੋਕਾਂ ਵੱਲੋਂ, ਕਈ ਸੰਪਰਦਾਵਾਂ ਵੱਲੋਂ ਇਲਜ਼ਾਮ ਲਗਾਏ ਜਾ ਰਿਹਾ ਕਿ ਇਹ ਅਰਦਾਸ ਗਲਤ ਹੈ। ਅਤੇ ਉਸ ਦੇ ਨਾਲ ਹੀ ਇੱਕ ਵੀਡੀਓ ਹੋਰ ਹੈ ਜਿਸ ਵਿੱਚ ਕਿ ਤੀਸਰੀ ਪਾਤਸ਼ਾਹੀ ਜੀ ਦੀ ਕਿਸੇ ਮਨੁੱਖੀ ਜੀਵ ਦੇ ਨਾਲ ਗਿਣਤੀ ਜਿਹੜੀ ਹੈ, ਤੁਲਨਾ ਜਿਹੜੀ ਆ, ਉਹ ਕੀਤੀ ਜਾ ਰਹੀ ਹੈ। ਇਸ ਸੰਬੰਧੀ ਸਾਡੇ ਨਾਲ ਸੰਪਰਦਾ ਤੋਂ ਕੁਛ ਸਿੱਖ ਆਗੂ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਕੀ ਵੀਡੀਓ ਹੈ, ਕੀ ਮਾਮਲਾ ਹੈ, ਸਾਰਾ ਦੱਸੋ। ਇਹ ਜੀ, ਜੋ ਅਸੀਂ ਸਿੰਘ ਸਾਹਿਬ ਨੂੰ ਐਪਲੀਕੇਸ਼ਨ ਬੇਨਤੀ ਜਿਹੜੀ ਆ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ, ਉਹਦੇ ਵਿੱਚ ਇਹ ਤਿੰਨ ਬੜੇ ਸੰਵੇਦਨਸ਼ੀਲ ਮੁੱਦੇ ਹੈਗੇ ਆ, ਜਿਹਦੇ ਵਿੱਚ ਸਭ ਤੋਂ ਪਹਿਲਾ ਮੁੱਦਾ ਇਹ ਆ ਕਿ ਨਾਨਕਸਰ ਦੇ ਸੰਤ ਗੁਰਜੀਤ ਸਿੰਘ ਉਹਨਾਂ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਝੂਠੀ ਜਿਹੜੀ ਪਾਠਾਂ ਦੀ ਅਰਦਾਸ ਕੀਤੀ ਜਾਂਦੀ ਆ, ਵਧਾ ਚੜ੍ਹਾ ਕੇ ਆਪਣੀ ਪ੍ਰਭਤਾ ਦੇ ਵਾਸਤੇ, ਆਪਣੇ ਵੀ ਸਾਡੀ ਲੋਕ ਪ੍ਰਭਤਾ ਕਰਨ, ਉਹਦੇ ਵਾਸਤੇ ਜਿਹੜੀ ਝੂਠੀ ਅਰਦਾਸ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਤੀ ਜਾਂਦੀ, ਕਿਉਂਕਿ ਜਦੋਂ ਅਖੰਡ ਪਾਠ ਹੋ ਜਾਏ ਇੱਕ ਵਾਰ ਭੋਗ ਪੈ ਕੇ ਅਰਦਾਸ ਹੋ ਜਾਏ ਉਹਦੀ ਦੁਬਾਰਾ ਅਰਦਾਸ ਨਹੀਂ ਹੁੰਦੀ। ਅਤੇ ਦੂਸਰੀ ਜਿਹੜੀ ਬੇਨਤੀ ਇਹ ਆ ਵੀ ਨਾਨਕਸਰ ਦੇ ਸੰਤ ਨਰਾਇਣ ਸਿੰਘ ਹੋਏ ਪਹਿਲਾਂ, ਜਿਨ੍ਹਾਂ ਦੀ ਤੁਲਨਾ ਉਹਨਾਂ ਦੇ ਇੱਕ ਪ੍ਰਚਾਰਕ ਮਨਜੀਤ ਸਿੰਘ ਵੱਲੋਂ ਧੰਨ ਗੁਰੂ ਅਮਰਦਾਸ ਮਹਾਰਾਜ ਨਾਲ ਕੀਤੀ ਗਈ, ਉਹਨਾਂ ਨੂੰ ਤੀਸਰੀ ਜੋਤ ਦੱਸਿਆ ਗਿਆ, ਉਹਨਾਂ ਦੀ ਜਿਹੜੀ ਗਾਗਰ ਦੀ ਸੇਵਾ ਉਹਦੇ ਬਾਰੇ ਜਾਣੀ ਕਿ ਸਾਰਾ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦੀ ਤੁਲਨਾ ਕੀਤੀ ਗਈ। ਕਿਸੇ ਵੀ ਮਨੁੱਖ ਦੀ ਜਿਹੜੀ ਤੁਲਨਾ ਗੁਰੂ ਸਾਹਿਬ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪਿਛਲੇ ਸਮੇਂ ਵੀ ਇੱਦਾਂ ਦੇ ਕਈ ਮੁੱਦੇ ਆਏ ਜਿਹੜੇ ਗੁਰੂ ਸਾਹਿਬ ਦੀ ਬਰਾਬਰੀ ਕਰਦੇ ਸੀ ਅਤੇ ਉਹਨਾਂ ਨੂੰ ਜਿਹੜੀ ਆ ਸਜ਼ਾ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਗਿਆ। ਤੀਸਰੀ ਜਿਹੜੀ ਬੇਨਤੀ ਆ ਕਿ ਗੁਰਪਾਲ ਸਿੰਘ ਹੰਸਰਾ ਇੱਕ USA ਦੇ ਵਿੱਚ ਆ, ਨਾਨਕਸਰ ਸਾਹਿਬ ਤੋਂ ਹੁਕਮਨਾਮਾ ਆਉਂਦਾ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ, ਉਹ ਜਿਹੜਾ ਹੁਕਮਨਾਮੇ 'ਤੇ ਟਿੱਪਣੀ ਕੀਤੀ ਵੀ ਇਹ ਹੁਕਮਨਾਮਾ ਗਲਤ ਆ, ਇਹ ਸਾਨੂੰ ਨਹੀਂ ਲੈਣਾ ਚਾਹੀਦਾ, ਇਹ ਹੁਕਮਨਾਮੇ ਦੇ ਕਾਰਨ ਮੇਰੇ ਜਿਹੜੇ ਪਿਤਾ ਦੀ ਮੌਤ ਹੋ ਗਈ, ਕਿਉਂਕਿ ਉਹਨੇ ਹੁਕਮਨਾਮਾ ਸਾਹਿਬ ਨੂੰ ਗੋਲੀ ਦੱਸਿਆ ਕਿ ਇਹ ਇੱਕ ਗੋਲੀ ਚੱਲੀ ਅਤੇ ਮੇਰੇ ਪਿਤਾ ਦੀ ਜਿਹੜੀ ਆ ਉਹਦੇ ਨਾਲ ਮੌਤ ਹੋ ਗਈ, ਇਹ ਹੁਕਮਨਾਮਾ ਨਹੀਂ ਲੈਣਾ ਚਾਹੀਦਾ, ਕਿਉਂਕਿ ਗੁਰਬਾਣੀ ਜਿਹੜੀ ਉਹ ਸਾਰੀ ਉਪਦੇਸ਼ ਆ ਸਾਡੇ ਵਾਸਤੇ, ਗੁਰਬਾਣੀ ਦੇ ਮੁਤਾਬਕ ਅਸੀਂ ਚੱਲਣਾ, ਨਾ ਕਿ ਅਸੀਂ ਗੁਰਬਾਣੀ ਨੂੰ ਆਪਣੇ ਮੁਤਾਬਕ ਚਲਾਉਣਾ। ਇਹ ਜਿਹੜੇ ਤਿੰਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਸਿੰਘ ਸਾਹਿਬ ਦੇ ਕੋਲ ਬੇਨਤੀ ਪੱਤਰ ਲੈ ਕੇ ਆਏ, ਸੋ ਸਾਨੂੰ ਉਮੀਦ ਆ ਕਿ ਸਿੰਘ ਸਾਹਿਬ ਇਹਨੂੰ ਖਾਸ ਖਿਆਲ ਵਿੱਚ ਰੱਖਦਿਆਂ ਹੋਇਆਂ ਉਹਨਾਂ ਬੰਦਿਆਂ ਦੇ ਖਿਲਾਫ਼ ਕਾਰਵਾਈ ਕਰਨਗੇ, ਕਿਉਂਕਿ ਨਹੀਂ ਕੱਲ੍ਹ ਨੂੰ ਇਹ ਸੋਸ਼ਲ ਮੀਡੀਆ 'ਤੇ ਜਿਹੜੀਆਂ ਵਾਇਰਲ ਹੁੰਦੀਆਂ ਨੇ ਵੀਡੀਓ, ਅਤੇ ਉਹਨਾਂ ਦੇ ਵਿੱਚ ਇਹ ਸੰਗਤਾਂ ਦੇ ਵਿੱਚ ਜਿਹੜਾ ਭਾਰੀ ਰੋਸ ਅੱਜ ਵੀ ਪਾਇਆ ਜਾ ਰਿਹਾ ਹੈ ਅਤੇ ਫਿਰ ਰੋਸ ਜਿਹੜਾ ਉਹ ਹੋਰ ਵੀ ਵਧੇਗਾ, ਸੋ ਅਸੀਂ ਇਸ ਵਾਸਤੇ ਪਹੁੰਚੇ। ਤੁਸੀਂ ਵਿੱਚ ਲਿਖਿਆ ਕਿ ਪੰਥ 'ਚੋਂ ਛੇਕਿਆ ਇਨਸਾਨ ਦੀ ਜਿਹੜੀ ਤੁਲਨਾ, ਕਿਉਂ ਪੰਥ 'ਚੋਂ ਛੇਕਿਆ ਗਿਆ ਸੀ ਅਤੇ ਕਿਹੜਾ ਉਹ ਇਨਸਾਨ ਸੀ ਜਿਹਨੂੰ ਪੰਥ 'ਚੋਂ ਛੇਕਿਆ ਗਿਆ? ਇਹ ਨਰਾਇਣ ਸਿੰਘ ਹੋਏ ਆ ਨਾਨਕਸਰ ਦੇ ਵਿੱਚ, ਉਹਨਾਂ ਨੂੰ 84 ਦੇ ਵੇਲੇ ਅਕਾਲ ਤਖ਼ਤ ਸਾਹਿਬ ਬਣਾਉਣ ਕਰਕੇ ਭਾਰਤ ਸਰਕਾਰ ਦੇ ਨਾਲ ਮਿਲ ਕੇ ਇਸ ਕਰਕੇ ਪੰਥ 'ਚੋਂ ਉਹਨਾਂ ਨੂੰ ਛੇਕਿਆ ਗਿਆ ਸੀਗਾ, ਅਤੇ ਪੰਥ 'ਚੋਂ ਛੇਕਿਆ ਹੋਇਆ ਬੰਦਾ ਜਿਹੜਾ ਉਹਦੇ ਬਾਰੇ ਅਸੀਂ ਸਟੇਜ ਤੋਂ ਵੀ ਨਹੀਂ ਬੋਲ ਸਕਦੇ, ਕਿਉਂਕਿ ਉਹਦੇ ਨਾਲ ਮਿਲ ਵਰਤਨ ਨਹੀਂ ਅਸੀਂ ਰੱਖ ਸਕਦੇ, ਸੋ ਉਹਦੀ ਗੁਰੂ ਅਮਰਦਾਸ ਮਹਾਰਾਜ ਨਾਲ ਤੁਲਨਾ ਕਰਨੀ ਇਹ ਬਹੁਤ ਜਿਹੜੀ ਘਿਨਾਉਣੀ ਹਰਕਤ ਹੈ। ਕਿੰਨੀ ਕੁ ਠੇਸ ਪਹੁੰਚੀ ਤੁਹਾਡੇ ਮਨਾਂ ਨੂੰ ਜਦੋਂ ਤੁਸੀਂ ਸੁਣਿਆ ਕਿ ਤੀਸਰੀ ਪਾਤਸ਼ਾਹੀ ਦੇ ਨਾਲ ਉਹਨਾਂ ਨੂੰ ਜਿਹੜੀ ਉਹਨਾਂ ਦੀ ਤੁਲਨਾ ਕੀਤੀ ਜਾ ਰਹੀ? ਇਸੇ ਕਰਕੇ ਅਸੀਂ ਸਿੰਘ ਸਾਹਿਬ ਦੇ ਕੋਲ ਆਏ ਹਾਂ, ਕਿਉਂਕਿ ਅਸੀਂ ਨਹੀਂ ਚਾਹੁੰਦੇ, ਕਿਉਂਕਿ ਨਾਨਕਸਰ ਸੰਪਰਦਾ ਜਿਹੜੀ ਉਹ ਬਹੁਤ ਪੁਰਾਣੀ ਆ, ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਵਰ ਸਿੰਘ ਜੀ ਬਹੁਤ ਜ਼ਿਆਦਾ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਸੀ, ਅਸੀਂ ਸਾਰੇ ਜਾਣਦੇ ਹਾਂ, ਅਤੇ
ਉਹ ਸਤਿਕਾਰ ਦੇ ਨਾਲ ਨਿਮਰਤਾ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਸੇਵਾ ਕਰਦੇ ਸੀ, ਆਪਣੇ ਆਪ ਨੂੰ ਰੱਬ ਬਣਾ ਕੇ ਉਹਨਾਂ ਨੇ ਪੇਸ਼ ਨਹੀਂ ਕੀਤਾ। ਸੋ ਇਹਨਾਂ ਲੋਕਾਂ ਕਰਕੇ ਜਿਹੜੀ ਸੰਪਰਦਾ ਜਿਹੜੀ ਆ ਉਹ ਬਦਨਾਮ ਹੁੰਦੀ ਆ, ਕਿਉਂਕਿ ਕੁਛ ਬੰਦੇ ਹੁੰਦੇ ਆ ਜਿਹੜੇ ਪੂਰੀ ਸੰਪਰਦਾ ਨੂੰ ਬਦਨਾਮ ਕਰ ਦਿੰਦੇ ਆ। ਵਿਸ਼ਵਾਸ ਕੀ ਦਵਾਇਆ ਸਿੰਘ ਸਾਹਿਬ ਨੇ ਤੁਹਾਨੂੰ, ਤੁਸੀਂ ਅੱਜ ਉਹਨਾਂ ਨੂੰ ਮਿਲੇ ਜੇ, ਮੰਗ ਪੱਤਰ ਦਿੱਤਾ ਜੇ, ਕੀ ਵਿਸ਼ਵਾਸ ਦਵਾਇਆ ਤੁਹਾਨੂੰ? ਸਿੰਘ ਸਾਹਿਬ ਨੇ ਮਤਲਬ ਮੰਗ ਪੱਤਰ ਲੈ ਕੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਬਣਦੀ ਕਾਰਵਾਈ ਆ ਉਹਨਾਂ 'ਤੇ ਜ਼ਰੂਰ ਕਰਾਂਗੇ, ਅਤੇ ਸਾਨੂੰ ਵਿਸ਼ਵਾਸ ਵੀ ਆ ਅਕਾਲ ਤਖਤ ਸਾਹਿਬ 'ਤੇ, ਕਿਉਂਕਿ ਸਾਡਾ ਸੁਪਰੀਮ ਆ, ਅਤੇ ਸਿੰਘ ਸਾਹਿਬ ਜੀ ਜ਼ਰੂਰ ਉਹ ਜਿਹੜਾ ਉਹਨੂੰ ਧਿਆਨ ਵਿੱਚ ਰੱਖਦੇ ਹੋ, ਉਹਨਾਂ 'ਤੇ ਬਣਨ ਦੀ ਜਿਹੜੀ ਕਾਰਵਾਈ ਜ਼ਰੂਰ ਕਰਨਗੇ। ਜੀ ਬਿਲਕੁਲ, ਇਹ ਸੀ ਅਮਰੀਤ ਸਿੰਘ ਜੀ ਜਿਨ੍ਹਾਂ ਵੱਲੋਂ ਕਿ ਅੱਜ ਇੱਕ ਮੰਗ ਪੱਤਰ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਿੱਤਾ ਗਿਆ, ਕਿਉਂਕਿ ਬੰਦਾ ਵੀ ਹੈ, ਮਨੁੱਖੀ ਜੀਵ ਦੀ ਜਿਹੜੀ ਤੁਲਨਾ ਹੈ ਤੀਸਰੀ ਪਾਤਸ਼ਾਹੀ ਦੇ ਨਾਲ ਕੀਤੀ ਹੈ, ਤਾਂ ਉਹਨਾਂ ਨੂੰ ਭਰੋਸਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਕੋ ਕਿ ਉਹਨਾਂ ਨੂੰ ਇਨਸਾਫ਼ ਜ਼ਰੂਰ ਦੇਣਗੇ ਅਤੇ ਉਸ ਆਦਮੀ 'ਤੇ ਬੰਦੀ ਜਿਹੜੀ ਹੈ ਕਾਰਵਾਈ, ਧਾਰਮਿਕ ਜਿਹੜੀ ਕਾਰਵਾਈ ਉਹ ਜ਼ਰੂਰ ਕਰਨਗੇ। ਕੈਮਰਾਮੈਨ ਸਨੀ ਦੇ ਨਾਲ ਮੁਕੇਸ਼ ਮਹਿਰਾ, ਹਨੀ ਸੁਰਖਾ ਟੀਵੀ, ਅੰਮ੍ਰਿਤਸਰ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਸੁਰਖਾ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਉੱਤੇ ਦੇਖ ਰਹੇ ਹੋ ਤਾਂ ਸਾਡਾ ਫੇਸਬੁੱਕ ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।